सत श्री अकाल जी, आई होप तुसी सारे ठीक होवोगे। सो वीडियो लेके आए हां जी मूसेवार सोंग दा नाम है, जस लाली बाई दा सोंग है, दीप सिखों बाई दा लिखिया होया है। ते चेक करदे हां किवें दा सोंग होना करदा है। ते सच्ची जिवें सिद्धू मूसेवाले दी वार आई सी ते वार सोंग आया सी ना सिद्धू मूसेवाले ने, ते हुण सिद्धू मूसेवाले दी वार आई है। क्योंकि जिहड़ा कुछ करके जांदे ने उहनां दे फिर कुछ इतिहास बन जांदा है, उहनां दा कुछ कह लईए हिस्ट्री बन जांदी है उहनां दे पिछे। अपना नाम पग दा नाम कह सकदे आ जां कित्थों तक बंदा लैके गया है गोरियां कालियां दे विच। पंजाब दे विच पता नहीं किन्ने सौ पिंड होणगे यार, पर गोरे काले इको एक पिंड नूं ज्यादातर जानदे आ। उह किहनूं जानदे आ? मूसे पिंड दुनिया दे विच मिसाल बन गया जी।
वाह 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 वाह, क्या बात है सच्ची यार, सिरा कराती यार बाबे। सॉन्ग एंडलेस बहुत सोहना, लिरिक्स दे नाल बहुत सोहने तरीके दे नाल गा के दे म्यूजिक जिहड़ा वार सॉन्ग दा ही दित्ता होया ना बाबे, कमाल है। गल लिरिक्स दे विच कीती कि अणखां वाले गीत गाउंदा सी किसी धीआं भैणां दे लक्चर पुणियां दे विच, उह गाणियां दे विच नहीं गाउंदा, ते अणखी गीत हुंदे सी जिवें उहदे आपदे बोल ने ना, अणखिया बोल जट दे सिरा तों ना लौंदे चुन्नियां, ਉਸ ਦਿਨਾਂ ਤੋਂ ਚੁੰਨੀਆਂ ਲਾਉਣ ਵਾਲੇ ਉਹਦੇ ਸੌਂਗ ਨਹੀਂ ਹੈਗੇ ਸੀ। ਉਹ ਹਰ ਕਿਸੇ ਧੀ ਭੈਣ ਦਾ ਸਤਿਕਾਰ ਕਰਦਾ ਸੀ, ਕਈਆਂ ਭੈਣਾਂ ਦਾ ਵੀਰ ਸੀ, ਉਹ ਗਰੀਬਾਂ ਦਾ ਯਾਰ ਸੀ। ਉਹ ਬੜੇ ਇਹੋ ਜਿਹੇ ਤਾਂ ਮੀਡੀਆ ਦੇ ਵਿੱਚ ਜੋ ਵੀਡੀਓ ਆਉਣਗੀ ਆ ਤੁਹਾਨੂੰ ਦੇਖੇ ਹੋਣਗੇ, ਜਿਹੜੇ ਕਹਿ ਲਈਏ ਕਿ ਕਲਾਕਾਰ ਦੂਜਿਆਂ ਨੂੰ ਧੱਕੇ ਮਾਰਦੇ ਦੇਖੇ ਸੀ, ਉਹ ਬੰਦਾ ਗੱਲ ਲਾਉਂਦੇ ਵੇਖਿਆ, ਜੇ ਕੋਈ ਬੱਚਾ ਵੀ ਉਹਨੂੰ ਨਾਲ ਖੜੋ ਕੇ ਉਹਦੀ ਸੈਲਫੀ ਖਿੱਚਦਾ ਸੀ। ਬੜੀਆਂ ਤੁਹਾਨੂੰ ਸੋਸ਼ਲ ਮੀਡੀਆ ਦੀ ਉਹਦੀਆਂ ਇਹੋ ਜਿਹੀਆਂ ਵੀਡੀਓ ਮਿਲਦੀਆਂ, ਉਹ ਡਾਊਨ ਟੂ ਅਰਥ ਸੀ ਬੰਦਾ, ਆਪਣੇ ਗਾਣਿਆਂ ਦੇ ਵਿੱਚ ਸਿਰਫ ਉਹ ਰਿਪਲਾਈ ਉਹਨਾਂ ਨੂੰ ਕਰਦਾ ਸੀ ਜਿਹੜੇ ਉਹਦੇ ਹੇਟਰ ਸੀ ਜਾਂ ਜਿਹੜੇ ਉਹਨੂੰ ਦਬਾਉਣਾ ਚਾਹੁੰਦੇ ਸੀ। ਤੇ ਬਾਕੀ ਕਹਿਣ ਵਾਲੇ ਕਈ ਇਹ ਕਹਿ ਦਿੰਦੇ ਸੀ ਕਿ ਉਹਦੇ 'ਚ ਈਗੋ ਹੈ, ਉਹਦੇ 'ਚ ਅਹੰਕਾਰ ਹੈ, ਤੇ ਉਹ ਕਿਉਂਕਿ ਉਹ ਆਪਣੇ ਦਮ ਤੇ ਬਣਿਆ ਸੀ ਯਾਰ, ਕਿਸੇ ਦੀਆਂ ਚਾਪਲੂਸੀਆਂ ਕਰਕੇ ਕਿਸੇ ਦੀਆਂ ਕਹਿ ਲਈਆਂ ਫਰੌਤੀਆਂ ਭਰ ਕੇ ਨਹੀਂ ਅਗਲਾ ਬਣਿਆ ਸੀ। ਕਹਿੰਦਾ ਕਿ ਬਣਿਆ ਤੇ ਇੱਕ ਦੇ ਠੋਕ ਕੇ ਜੀ ਕੇ ਜਾਵਾਂਗੇ ਯਾਰ, ਤੇ ਜੋ ਕੇ ਗਿਆ ਆ। ਵਾਚ ਆਊਟ ਵੀ ਆਉਣ ਹੀ ਵਾਲਾ ਆ, ਬਸ ਧਿਆਨ ਰੱਖਿਓ 12 ਤਰੀਕ ਨੂੰ ਪਟਾਕੇ ਬਣੇ ਨੇ ਦੀਵਾਲੀ ਵਾਲੇ ਦਿਨ ਉਹਦੇ ਵੀ। ਤੇ ਸੱਚੀ ਆ ਬਾਈ ਦੇ ਲਿਰਿਕਸ ਦੇ ਨਾਲ ਬਹੁਤ ਪਿਆਰਾ ਯਾਰ ਮੈਨੂੰ ਸੌਂਗ ਲੱਗਾ, ਸੱਚੀ ਐਂਡ ਕਰਾਤੀ ਯਾਰ ਬਾਈ ਨੇ। ਹਮੇਸ਼ਾ ਦੇਖੋ ਜਿਹੜਾ ਬੰਦਾ ਕੁਝ ਕਰਕੇ ਜਾਂਦਾ, ਮਿਸਾਲ ਬਣ ਕੇ ਜਾਂਦਾ, ਉਹਦਾ ਹਿਸਟਰੀ ਦੇ ਵਿੱਚ ਇੱਕ ਨਾਮ ਗੂੰਜਦਾ ਹੈ। ਕਹਿ ਲਈਏ ਵਾਰਾਂ ਗਾਈਆਂ ਜਾਂਦੀਆਂ ਹੁੰਦੀਆਂ ਸੀ, ਅੱਜ ਇੱਕ ਸਿੱਧੂ ਮੂਸੇਵਾਲੇ ਦੇ ਨਾਮ ਤੇ ਇੱਕ ਵਾਰ ਬਣੀ ਹੈ, ਉਹਦੇ ਸੌਂਗ ਦੇ ਹਿਸਟਰੀ ਤੇ ਕਹਿ ਸਕਦੇ ਹਾਂ। ਮੈਂ ਆਹ ਪਹਿਲਾ ਸੌਂਗ ਸੁਣਿਆ ਜਿਹੜਾ ਵਾਰ ਸਿੱਧੂ ਮੂਸੇ ਵਾਰ, ਕਿ ਮੂਸੇ ਤੇ ਸਿੱਧੂ ਮੂਸੇਵਾਲੇ ਦੇ ਵਾਰ ਬਣੀ, ਇਹੋ ਜਿਹਾ ਬੰਦਾ ਸੀ ਯਾਰ, ਮਤਲਬ ਕਿ ਕੁਝ ਕਰਕੇ ਗਿਆ। ਉਹ ਆਮ ਸਚੀ ਬਾਈ ਨੇ ਗੱਲ ਕੀਤੀ ਕਿ ਉਹ ਆਮ ਬੰਦਾ ਨਹੀਂ ਹੋ ਸਕਦਾ ਜਿਹੜਾ ਸਾਰੀਆਂ ਨੂੰ ਸਾਰੀਆਂ ਦੀ ਅੱਖਾਂ ਨੂੰ ਰੁਆ ਕੇ ਗਿਆ ਹੋਵੇ। ਸੱਚੀ ਗੱਲ ਹੈ, ਕਈ ਇਹੋ ਜਿਹੀਆਂ ਮਾਵਾਂ ਰੋਈਆਂ ਜਿਨ੍ਹਾਂ ਮਾਵਾਂ ਨੂੰ ਸਿੱਧੂ ਮੂਸੇਵਾਲੇ ਪਤਾ ਨਹੀਂ ਸੀ, ਪਹਿਲਾਂ ਉਹਨਾਂ ਨੇ ਗਾਣੇ ਸੁਣੇ ਤੱਕ ਨਹੀਂ ਸੀ ਉਹਦੇ, ਪਰ ਜਦੋਂ ਗਿਆ ਪਤਾ ਲੱਗਾ ਕਿ ਫਿਰ ਬੰਦੇ ਦੀ ਕਮਾਈ ਕੀ ਹੈ ਯਾਰ। ਕੋਰੀਆ ਤੱਕ ਕਹਿ ਲਈਏ, ਸੀਰੀਆ ਤੱਕ, ਕਿੱਥੋਂ ਕਿੱਥੋਂ ਤੱਕ ਜਿੱਥੇ ਉਹਦੀ ਲੈਂਗੁਏਜ ਸਮਝ ਵੀ ਨਹੀਂ ਲੱਗਦੀ, ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਬਣਿਆ ਹੋਇਆ ਸੀ, ਉਹਨਾਂ ਬੰਦਿਆਂ ਨੂੰ ਰੁਆ ਗਿਆ ਸੀ। ਸੋ ਸੱਚੀ 29 ਮਈ ਦਾ ਦਿਨ ਉਹ ਕਾਲੀ ਥਾਰ ਵੈਰੀ ਬਣ ਗਈ, ਸੱਚੀ ਗੱਲ ਗਾਈ ਦੀ ਬਾਈ ਨੇ ਕੀਤੀ ਹੈ। ਸੋ ਬਹੁਤ ਸੋਹਣਾ ਸੱਚੀ ਯਾਰ ਸੌਂਗ, ਪਹਿਲਾ ਟ੍ਰਿਬਿਊਟ ਇਹ ਲੱਗਾ ਮੈਨੂੰ ਜਿਹੜਾ ਅਲੱਗ ਹੀ ਹੈ ਵਾਰ ਗਾਈ ਚ। ਸੋ ਦੱਸਣਾ ਸੌਂਗ ਕਿਵੇਂ ਦਾ ਲੱਗਾ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਸੱਚੀ ਬਹੁਤ ਮੈਨੂੰ ਪਰਸਨਲੀ ਬਹੁਤ ਪਿਆਰਾ ਸੌਂਗ ਲੱਗਾ, ਸੋ ਰੱਜ ਕੇ ਸਪੋਰਟ ਕਰੋ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ, ਤੇ ਸਤਿ ਸ੍ਰੀ ਅਕਾਲ, ਬਾਏ ਬਾਏ।